ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਇਹ ਦੋ ਸੁਪਨੇ ਕਦੇ ਕਿਸੇ ਨੂੰ ਨਾ ਦੱਸੋ ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਗੁਰਬਾਣੀ ਦੀ ਸਾਂਝ ਪਾਉਨੇ ਨੀਂਦ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਜਦੋਂ ਸੋ ਕੇ ਉੱਠੀਦਾ ਹੈ ਤੇ ਬੜੇ ਤਰ੍ਹਾਂ ਤਾਜ਼ਾ ਮਹਿਸੂਸ ਕਰੀਦਾ ਪਰ ਕਈ ਵਾਰ ਸੁੱਤਿਆਂ ਆਪਾਂ ਨੂੰ ਕਈ ਸੁਪਨੇ ਆਉਂਦੇ ਨੇ ਕਈ ਭੁੱਲ ਜਾਈਦੇ ਨੇ ਤੇ ਕਈ ਉੱਠਣ ਤੇ ਵੀ ਯਾਦ ਨਹੀਂ ਰਹਿੰਦੇ ਪਰ ਹਰ ਸੁਪਨੇ ਦਾ ਕੋਈ ਨਾ ਕੋਈ ਅਰਥ ਹੁੰਦਾ ਤੇ ਉਹ ਅਰਥ ਕਈ ਵਾਰ ਆਪਾਂ ਨੂੰ ਉਹ ਚੀਜ਼ਾਂ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਵੀ ਆਪਾਂ ਨੂੰ ਗਿਆਨ ਕਰਵਾਉਂਦਾ ਹੈ ਕਈ ਜਿਗਿਆਸੂ ਤੇ ਸੰਤ ਮਹਾਤਮਾ ਕਹਿੰਦੇ ਨੇ ਵੀ ਕੁਝ ਗੱਲਾਂ ਆਪਣੇ ਤੱਕ ਹੀ ਰੱਖ ਲੈਣੀਆਂ ਚਾਹੀਦੀਆਂ ਨੇ ਤੇ ਉਹਨਾਂ ਗੱਲਾਂ ਨੂੰ ਜਦੋਂ ਆਪਣੇ ਤੱਕ ਰੱਖਦੇ ਆਂ ਤੇ ਉਹਨਾਂ ਦਾ ਫਲ ਜ਼ਰੂਰ ਮਿਲਦਾ ਹੈ ਐਵੇਂ ਨਾ ਕਿਹਾ ਜਾਂਦਾ ਹੈ ਵੀ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਵੀ ਉਹ ਆਪਣੀ ਜਾਇਦਾਦ ਵੀ ਉਹਨੂੰ ਮਲਕियत ਜੋ ਮਿਲੀ ਸੀ ਨਾ ਉਹ ਠੀਕ ਠਾਕ ਸੀ ਉਹਦੇ ਉੱਤੇ ਆਪਣੇ ਕਮਾਈ ਕਰਿਆ ਕਰਦਾ ਤੇ ਆਪਣੇ ਬੱਚੇ ਪਾਲਦਾ ਕਹਿੰਦੇ ਇੱਕ ਪੁੱਤ ਤੇ ਇੱਕ ਧੀ ਦੀ ਦਾਤ ਪ੍ਰਾਪਤ ਹੋਈ ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਕਹਿੰਦੇ ਵੱਡੇ ਹੋ ਗਏ ਜਦੋਂ ਵੱਡੇ ਹੋਏ ਤੇ ਕਹਿੰਦੇ ਜਿਵੇਂ ਅੱਜਕੱਲ ਪੰਜਾਬ ਦਾ ਮਾਹੌਲ ਹੈ ਹਰ ਕੋਈ ਕਹਿੰਦਾ ਵੀ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਪੁੱਤ ਨੇ ਵੀ ਕਿਹਾ ਜੀ ਮੈਂ ਬਾਹਰ ਜਾਣਾ ਮਾਪਿਆਂ ਨੇ ਕਿਹਾ ਵੀ ਇੱਥੇ ਕਮਾਈ ਕਰ ਲੈ ਨਹੀਂ ਮੰਨਿਆ ਕਹਿੰਦੇ ਬਾਹਰ ਜਾਣਾ ਕਹਿੰਦੇ ਉਹਨੇ ਨਾ ਬਾਹਰ ਜਾਣ ਲਈ ਉਹਦੇ ਪਿਓ ਨੇ ਪੈਸੇ ਇਕੱਠੇ ਕਰਕੇ ਵਿਆਜ ਤੇ ਤੇ ਉਹਨੂੰ ਬਾਹਰ ਭੇਜ ਦਿੱਤਾ ਹੁਣ ਜਿਸ ਰਾਹੀਂ ਉਹਨੂੰ ਬਾਹਰ ਭੇਜਿਆ ਨਾ ਉਹ ਏਜੰਟਾਂ ਨੇ ਉਹਦੇ ਨਾਲ ਠੱਗੀ ਮਾਰ ਲਈ ਜਿਹੜਾ ਠੱਗੀ ਮਾਰ ਲਈ ਤੇ ਇੱਕ ਥਾਂ ਤੇ ਉਹਦਾ ਪੁੱਤ ਜਾ ਕੇ ਫਸ ਗਿਆ ਹੁਣ ਮਾਪਿਓ ਵਿਚਾਰਾ ਕੀ ਕਰਦਾ ਪੁੱਤ ਨੇ ਕਿਹਾ ਵੀ ਕਿਸੇ ਹਿੱਲੇ ਵਸੀਲੇ ਮੈਨੂੰ 3-4 ਲੱਖ ਰੁਪਏ ਹੋਰ ਭੇਜੋ ਤੇ ਮੈਂ ਵਾਪਸ ਆ ਜਾ ਹੁਣ ਕੀ ਕੀਤਾ ਵੀ ਉਹ 3-4 ਲੱਖ ਰੁਪਏ ਹੋਰ ਵਿਆਜ ਤੇ ਪੜਿਆ ਤੇ ਪੁੱਤ ਨੂੰ ਵਾਪਸ ਬੁਲਾ ਲਿਆ ਹੁਣ ਮਾਦੇ ਕੀ ਨਾ ਕਰਦੇ ਵੀ ਇੱਕੋ ਇੱਕ ਪੋਤਾ ਤੇ ਉਹਨੂੰ ਵਾਪਸ ਬੁਲਾ ਲਿਆ ਜਾਏ ਹੁਣ ਕਰਜ਼ਾ ਸਿਰ ਤੇ ਬੜਾ ਜ਼ਿਆਦਾ ਹੋ ਗਿਆ ਅਜੇ 2 ਮਹੀਨਿਆਂ ਦਾ ਸਮਾਂ ਸੀ ਤੇ ਧੀ ਦੇ ਵਿਆਹ ਦੀ ਜਿਹੜੀ ਤਾਰੀਖ ਸੀ ਉਹ 6-7 ਮਹੀਨੇ ਪਹਿਲਾਂ ਹੀ ਮਿਥਲੀ ਸੀ ਕਹਿੰਦੇ ਵਿਆਹ ਨੇੜੇ ਆ ਗਿਆ ਸਿਰ ਤੇ ਪਹਿਲਾਂ ਹੀ ਬੜਾ ਜ਼ਿਆਦਾ ਕਰਜ਼ਾ ਸੀ ਹੁਣ ਸੋਚੀ ਪੈ ਗਿਆ ਵੀ ਧੀ ਦਾ ਕਾਰਜ ਕਿਵੇਂ ਕਰਾਂ ਸਿਰ ਤੇ ਇੰਨਾ ਜ਼ਿਆਦਾ ਕਰਜ਼ਾ ਕਹਿੰਦੇ ਦਿਨ ਚੜਨਾ ਇਸੇ ਸੋਚ ਵਿੱਚ ਲੰਘ ਜਾਣਾ ਵੀ ਮੈਂ ਇੰਨਾ ਕਰਜ਼ਾ ਕਿੱਥੋਂ ਤਾਰਾਂਗਾ ਧੀ ਦਾ ਵਿਆਹ ਕਿੱਥੋਂ ਕਰਾਂਗਾ ਕਹਿੰਦੇ ਸੋਚ-ਸੋਚ ਕੇ ਨਾ ਜਦੋਂ ਕੋਈ ਰਾਹ ਨਾ ਲੱਭਾ ਕਹਿੰਦੇ ਮਣਾ ਜੇ ਤੂੰ ਹੋਏਗਾ ਹੀ ਨਾ ਤੇ ਫਿਰ ਇਹ ਕਰਜ਼ਾ ਇਹ ਵਿਆਹ ਇਹ ਫਿਰ ਆਪੇ ਸੋਚੇ ਜਾਣਗੇ ਪਿੱਛੋਂ ਆਪੇ ਹੋ ਜਾਣਗੇ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਦਾ ਵੀ ਤੇ ਸਾਰਾ ਕੁਝ ਹੁੰਦਾ ਹੀ ਹੈ ਇਹ ਸੋਚ ਕੇ ਤੇ ਕਹਿੰਦਾ ਚਲੋ ਮੈਂ ਨਾ ਆ ਜਿਹੜੀ ਦਵਾਈ ਮੈਂ ਸਪਰੇ ਕਰਨੀ ਸੀ ਇਹ ਆਪ ਹੀ ਪੀ ਜਾਣੀ ਹੈ ਤੇ ਆਪਣੀ ਜੀਵਨ ਲੀਲਾ ਖਤਮ ਕਰ ਜਾਣੀ ਹੈ ਬਾਅਦ ਚੋਂ ਇਹ ਜਾਣਨ ਤੇ ਇਨਾਂ ਦਾ ਕੰਮ ਜਾਣੇ ਪਰ ਕਹਿੰਦੇ ਇੱਕਦਮ ਮਨ 'ਚ ਖਿਆਲ ਆਇਆ ਵੀ ਮੈਂ ਨਾ ਕਿਉਂ ਕਿਉਂ ਨਾ ਵੀ ਆ ਪਤਾ ਨਹੀਂ ਕਿਹੜੇ ਕਰਮ ਕੀਤੇ ਸੀ ਜਿਹਦੇ ਕਰਕੇ ਮੈਨੂੰ ਆ ਇੰਨਾ ਕੁਝ ਵੇਖਣਾ ਪੈੰਦਿਆ ਤੇ ਇਦਾਂ ਮਾੜਾ ਕੰਮ ਕਰਨਾ ਪੈੰਦਿਆ ਮੈਂ ਇੱਕ ਵਾਰੀ ਜਾ ਕੇ ਨਾ ਤੇ ਦਰਬਾਰ ਸਾਹਿਬ ਮੱਥਾ ਜ਼ਰੂਰ ਟੇਕਿਆ ਕਹਿੰਦੇ ਠੀਕ ਹੈ ਮਨ ਚ ਧਾਰਨਾ ਬਣਾ ਲਈ ਕਹਿੰਦੇ ਅਗਲੇ ਦਿਨ ਹੀ ਨਾ ਟ੍ਰੇਨ ਦੀ ਟਿਕਟ ਲਈ ਤੇ ਪਰਿਵਾਰ ਨੂੰ ਕਿਹਾ ਵੀ ਮੱਥਾ ਟੇਕਣ ਨੂੰ ਮਨ ਕਰਦਾ ਪਿਆ ਤੇ ਮੈਂ ਉੱਥੇ ਮੱਥਾ ਟੇਕਣ ਜਾਣਾ ਪਰਿਵਾਰ ਨੇ ਵੀ ਕਿਹਾ ਜੀ ਕੋਈ ਨਾ ਜਾਓ ਟੇਕ ਕਹਿੰਦੇ ਉੱਥੇ ਗਿਆ ਮੱਥਾ ਟੇਕਿਆ ਕਿ ਨਿਸ਼ਾਨਣ ਕਰਕੇ ਮੱਥਾ ਟੇਕਣ ਲਾਈਨ ਚ ਵਾਰੀ ਲਿਖੜ ਗਏ ਕਹਿੰਦੇ ਜਦੋਂ ਖੜਾ ਨਾ ਉਦੋਂ ਵੀ ਮਾਨੰਦਰ ਇਹ ਹੀ ਸੀ ਵੀ ਪ੍ਰਮਾਤਮਾ ਮੇਹਤਰ ਜੀ ਨੇ ਮੇਰੇ ਬੱਚਿਆਂ ਦੀ लाज ਰੱਖੀ ਕਹਿੰਦੇ ਜਿਹਦਾ ਕੋਈ ਸਹਾਰਾ ਨਹੀਂ ਨਾ ਹੁੰਦਾ ਉਹਦਾ ਤੂੰ ਸਹਾਰਾ ਹੁਣ ਤੂੰ ਨਥਾਨਿਆਂ ਦਾ ਥਾਨ ਬੇਸਹਾਰਿਆਂ ਦਾ ਸਹਾਰਾ ਤੂੰ ਸਭ ਜਾਣਦਾ ਤੇ ਮੈਂ ਉਹਨਾਂ ਨੂੰ ਤੇਰੇ ਹਵਾਲੇ ਕਰਕੇ ਚੱਲ ਕਹਿੰਦੇ ਅੱਖਾਂ 'ਚੋਂ ਹੰਝੂ ਹੀ ਹੰਝੂ ਵਗਦੇ ਪਏ ਸ ਕਹਿੰਦੇ ਉੱਥੇ ਮੱਥਾ ਟੇਕ ਕੇ ਫਿਰ ਜਾ ਕੇ ਲੰਗਰ 'ਚ ਪਾਂਡਿਆਂ ਦੀ ਸੇਵਾ ਕੀਤੀ ਪ੍ਰਸ਼ਾਦਾ ਛੱਕੇ ਤੇ ਕਹਿੰਦੇ ਉਸ ਤੋਂ ਬਾਅਦ ਪ੍ਰਿਕਰਮਾਂ 'ਚ ਆ ਕੇ ਤੇ ਉੱਥੇ ਬੈਠ ਕੇ ਕਹਿੰਦੇ ਸਾਰੀ ਰਾਤ ਸੁੱਤੇ ਨਾ ਅਗਲੇ ਦਿਨ ਸਵੇਰੇ ਸਵੇਰੇ ਮੱਥਾ ਟੇਕ ਕੇ ਤੇ ਕਹਿੰਦੇ ਉਸ ਤੋਂ ਬਾਅਦ ਨਾ ਟ੍ਰੇਨ 'ਚ ਬੈਠ ਕੇ ਤੇ ਚਲੇ ਗਏ ਕਹਿੰਦੇ ਜਦੋਂ ਟ੍ਰੇਨ 'ਚ ਗਏ ਨਾ ਤੇ ਟ੍ਰੇਨ ਅੱਦੇ ਉਹਨਾਂ ਦੇ ਪਿੰਡ ਦੇ ਰਾਹ ਹੀ ਜਾਂਦੀ ਸੀ ਅੱਗੋਂ ਬੱਸ ਲੈਣੀ ਪੈਂਦੀ ਸੀ ਕਹਿੰਦੇ ਜਾ ਕੇ ਨਾ ਜਦੋਂ ਬੱਸ 'ਚ ਬੈਠ ਕੇ ਕੀਤੇ ਕਹਿੰਦੇ ਉੱਥੇ ਨਾ ਨੀਂਦ ਆ ਗਈ ਕਹਿੰਦੇ ਜਦੋਂ ਨੀਂਦ ਆਈ ਨਾ ਤੇ ਪਤਾ ਹੀ ਨਹੀਂ ਲੱਗਾ ਤੇ ਨੀਂਦ-ਨੀਂਦ ਵਿੱਚ ਉੱਥੇ ਲੰਮੇ ਪੈ ਗਏ ਜਦੋਂ ਨੀਂਦ ਨੀਂਦ ਆਉਂਦੀ ਸੀ ਨਾ ਤੇ ਕਹਿੰਦੇ ਐਵੇਂ ਲੱਗੇ ਜਿਵੇਂ ਨੀਂਦ ਦੇ ਵਿੱਚ ਬੈਠਿਆ ਮੇਰੇ ਨਾਲ ਕੋਈ ਗੱਲਾਂ ਕਰਦਾ ਪਿਆ ਉਹ ਮੈਨੂੰ ਕਹਿ ਰਿਹਾ ਹੋਵੇ ਵੀ ਤੈਨੂੰ ਵਿਸ਼ਵਾ ਰੱਬ ਤੇ ਨਾ ਤੂੰ ਵਿਸ਼ਵਾਸ ਰੱਖ ਤੈਨੂੰ ਰੱਬ ਤੇ ਵਿਸ਼ਵਾਸ ਹੈ ਨਾ ਜਿਤੇ ਨੂੰ ਰੱਬ ਤੇ ਵਿਸ਼ਵਾਸ ਹੈ ਤਾਂ ਤੈਨੂੰ ਜੋ ਵੀ ਚੀਜ਼ ਮਿਲੇ ਨਾ ਉਹਨੂੰ ਚੁੱਪ ਕਰਕੇ ਗੀਜੇ ਚ ਪਾ ਲਈ ਕੋਈ ਸਵਾਲ ਜਵਾਬ ਨਾ ਕਰੀ ਤੇ ਸਤਕਾਰ ਨਾਲ ਪਰਮਾਤਮਾ ਆਪਣੇ ਹੀ ਸੋਚੀ ਪਰ ਪਰਮਾਤਮਾ ਸਭ ਦਾ ਪਲਾ ਕਰੇ ਦੂਜਾ ਜੋ ਵੀ ਚੀਜ਼ ਮਿਲੇ ਨਾ ਉਹ ਵੰਡ ਕੇ ਖਾ ਲਈ ਕਹਿੰਦੇ ਮੈਨੂੰ ਸਮਝ ਨਹੀਂ ਆਈ ਪਰ ਫਿਰ ਉਹਨਾਂ ਦੁਹਰਾਇਆ ਜੋ ਵੀ ਮੇਰੇ ਨਾਲ ਕੋਈ ਗੱਲ ਕਰ ਰਿਹਾ ਸੀ ਉਹਨਾਂ ਮੈਨੂੰ ਇਹ ਕਿਹਾ ਰੱਬ ਤੇ ਵਿਸ਼ਵਾਸ ਹੈ ਨਾ ਜੇ ਹੈ ਤਾਂ ਜੋ ਵੀ ਚੀਜ਼ ਮਿਲੇ ਗੀਜੇ ਚ ਪਾ ਲਈ ਤੇ ਪਰਮਾਤਮਾ ਨੂੰ ਕਈ ਸਭ ਦਾ ਪਲਾ ਕਰੇ ਦੂਜਾ ਜੋ ਵੀ ਮਿਲੇ ਵੰਡ ਕੇ ਖਾ ਲਈ ਕਹਿੰਦੇ ਇੰਨਾ ਹੀ ਹੋਇਆ ਤੇ ਮੈਨੂੰ ਐਵੇਂ ਲੱਗਾ ਵੀ ਜਿਵੇਂ ਕੋਈ ਮੇਰੇ ਨਾਲ ਗੱਲ ਕਰਦਾ ਪਿਆ ਮੈਂ ਇੱਕੋ ਦਮ ਉੱਠ ਗਿਆ ਕਹਿੰਦੇ ਜਦ ਉਠਿਆ ਨਾ ਤੇ ਉਦੋਂ ਹਜੇ ਟਿਕਟ ਲੈਣੀ ਸੀ ਕਹਿੰਦੇ ਇੰਨੇ ਨੂੰ ਨਾ ਇੱਕ ਮਨੁੱਖ ਬੜੇ ਕਾਲੀ ਕਾਲੀ ਵਿੱਚ ਚੜ ਕੇ ਆਇਆ ਸਾਰਿਆਂ ਨੂੰ ਨਾ ਕਿਹਾ ਵੀ ਲਾਟਰੀ ਦੀ ਟਿਕਟ ਪਾ ਲੋ ਲਾਟਰੀ ਦੀ ਟਿਕਟ ਪਾ ਲੋ ਕਿਸੇ ਵੀ ਨਾਲ ਦੀ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਜੀ ਲਾਟਰੀ ਦੀ ਟਿਕਟ ਪਾ ਲੋ ਕਹਿੰਦੇ ਮੈਂ ਜਦੋਂ ਮਨੁੱਖ ਚਿੰਤਾਵਾਂ ਦੇ ਵਿੱਚ ਘਿਰਿਆ ਹੋਵੇ ਨਾ ਉਹਨੂੰ ਕੁਝ ਨਹੀਂ ਦਿਖਦਾ ਹੈਗਾ ਕਹਿੰਦੇ ਮੈਂ ਉਹਨਾਂ ਨਾਲ ਬੜੇ ਗੁੱਸੇ ਲਹਿਜੇ ਵਿੱਚ ਕਹਿਤਾ ਵੇ ਭਰਾਵਾ ਜਾ ਪਰਾਂ ਮਰ ਕਹਿੰਦੇ ਮੈਂ ਉਹਨੂੰ ਐਵੇਂ ਕਹਿਤਾ ਕਹਿੰਦੇ ਅੱਗੋਂ ਨੇ ਬੜਾ ਹਾਸੇ ਨਾਲ ਤੇ ਮੁਸਕੁਰਾ ਕੇ ਕਿਹਾ ਆ ਟਿਕਟ ਲੈ ਲਓ ਸਰਦਾਰ ਜੀ ਜਦੋਂ ਪੈਸੇ ਹੋਏ ਜੇ ਨਿਕਲ ਆਈ ਤੇ ਪੈਸੇ ਦੇ ਦਿਓ ਕਹਿੰਦੇ ਜੇਬ ਚ ਪਾ ਕੇ ਤੇ ਉਹ ਚਲਾ ਗਿਆ ਮਨ ਚ ਸੋਚਿਆ ਵੀ ਅੱਜ ਤੱਕ ਤੇ ਕਦੀ ਮੈਂ ਇਹ ਟਿਕਟਾਂ ਪਾਈਆਂ ਨਹੀਂ ਹੈਗੀਆਂ ਅੱਜ ਤੱਕ ਤੇ ਕਦੀ ਮੈਂ ਇਸ ਰਾਹ ਵੀ ਨਹੀਂ ਗਿਆ ਅੱਜ ਮਿਲੀ ਤੇ ਉਹ ਵੀ ਇਹ ਮੇਰੀ ਜੇਬ ਦੇ ਵਿੱਚ ਪਾ ਕੇ ਚਲਾ ਗਿਆ ਇਹਨਿਆਂ ਨੂੰ ਕਹਿੰਦੇ ਮੈਨੂੰ ਆਪਣਾ ਸੁਪਨਾ ਯਾਦ ਆ ਗਿਆ ਬਿ ਗੀਜੇ ਵਿੱਚ ਪਾ ਲਈ ਪਰਮਾਤਮਾ ਪਲੀ ਕਰਨਗੇ ਤੇ ਵੰਡ ਕੇ ਖਾ ਲਈ ਕਹਿੰਦੇ ਮੈਂ ਜਦੋਂ ਘਰ ਗਿਆ ਨਾ ਤੇ ਸਾਡੇ ਜਿਹੜੇ ਮੈਨੂੰ ਉਹਨੇ ਅੱਡੇ ਤੋਂ ਉਤਾਰਿਆ ਕਹਿੰਦੇ ਮੈਂ ਸਿੱਧਾ ਨਾ ਆਪਣੇ ਮੇਰਾ ਸਾਥੀ ਸੀ ਜਿਸ ਦੇ ਨਾਲ ਮੈਂ ਆਪਣੇ ਮਨ ਦੇ ਵਰਵਲੇ ਫਰੋਲ ਲੈਂਦਾ ਸੀ ਉਹਦੇ ਕੋਲ ਗਿਆ ਉਹਨੂੰ ਪੁੱਛਿਆ ਵੀ ਇਹ ਜਿਹੜੀਆਂ ਟਿਕਟਾਂ ਮਿਲਦੀਆਂ ਨੇ ਕੀ ਹੁੰਦਾ ਉਹਨੇ ਦੱਸਿਆ ਵੀ ਹਰ ਮਹੀਨੇ ਇਹ ਟਿਕਟ ਪੈਂਦੀ ਹੈ ਤੇ ਇਹ ਕੋਈ ਲਗਭਗ 7 ਕੋ ਕਰੋੜ ਦਾ ਕਹਿੰਦੇ ਨਾਮ ਨਿਕਲਦਾ ਉਹ ਕਹਿੰਦੇ ਅੱਛਾ ਕਿੰਨੇ ਜਦੋਂ ਮੈਂ ਫਰੋਲੀ ਤੋਂ 5 ਕੁ ਰੁਪਏ ਦੀ ਟਿਕਟ ਸੀ ਕਹਿੰਦੇ ਅੱਛਾ ਕਹਿੰਦੇ ਫਿਰ ਇਹ ਕਦੋਂ ਹੁੰਦੀ ਕਹਿੰਦੇ ਵੀ ਲੱਗਦਾ ਸ਼ਾਇਦ ਇੱਕ ਤਰੀਕ ਨੂੰ ਨਿਕਲਦੀ ਹੈ ਬਾਕੀ ਕਹਿੰਦੇ ਮੈਨੂੰ ਨਹੀਂ ਪਤਾ ਤੂੰ ਉਹ ਸਾਹਮਣੇ ਜਿਹੜਾ ਖੜਾ ਹੈ ਨਾ ਭਾਈ ਉਹ ਤੋਂ ਪੁੱਛ ਲੈ ਕਹਿੰਦੇ ਠੀਕ ਹੈ ਕਹਿੰਦੇ ਉਹਦੇ ਨਾਲ ਬੜਾ ਵੱਡਾ ਬੋਰਡ ਚ ਲੱਗਾ ਸੀ ਉੱਤੇ ਉੱਤੇ ਐਵੇਂ ਲਿਖਿਆ ਸੀ ਵੀ ਇੱਕ ਤਰੀਕ ਨੂੰ ਆਇਓ ਕਹਿੰਦੇ ਮੈਂ ਘਰ ਚਲਾ ਗਿਆ ਮਨ ਬਦਲ ਲਿਆ ਵੀ ਕੋਈ ਨਾ ਇੱਕ ਤਰੀਕ ਨੂੰ ਵੇਖ ਲਾਂਗੇ ਕਹਿੰਦੇ ਵੀ ਐਵੇਂ ਕਰਦੇ ਕਰਦੇ ਨਾਲ ਇੱਕ ਤਰੀਕ ਮੈਨੂੰ ਪਤਾ ਹੀ ਨਾ ਲੱਗਾ ਕਹਿੰਦੇ ਜੋ ਸ਼ਾਮ ਜੀ ਹੋਈ ਨਾ ਤੇ ਮੈਂ ਆਪਣਾ ਉਹੀ ਚਿੱਠਾ ਲੈ ਕੇ ਤੇ ਉਹਦੇ ਕੋਲ ਚਲਾ ਗਿਆ ਕਹਿੰਦੇ ਉਹ ਆਪਣੇ ਸਾਰੇ ਨੰਬਰ-ਨੰਬਰ ਮੈਚ ਕਰਕੇ ਨਾ ਵੇਖ ਚੁੱਕਿਆ ਸੀ ਖਾਲੀ ਬੈਠਾ ਸੀ ਕਹਿੰਦੇ ਮੈਂ ਉਹਦੇ ਕੋਲ ਗਿਆ ਤੇ ਮੈਂ ਵਿਖਾਇਆ ਉਹਨੇ ਮੈਚ-ਮੁਚ ਕਰਕੇ ਤੇ ਸਾਹ ਪਾਸੇ ਬਹਿ ਕੇ ਕਹਿੰਦੇ ਮੇਰੇ ਕੋਲ ਲਿਆ ਕੇ ਇਹਨੇ ਪਾਣੀ ਦਾ ਗਲਾਸ ਫੜਾਇਆ ਕਹਿੰਦੇ ਪਾਣੀ ਪੀ ਲੋ ਉਹ ਅਗੋਂ ਕਹਿੰਦਾ ਵੀ ਮੈਂ ਤੇ ਪਾਣੀ ਪੂਣੀ ਪੀ ਕੇ ਆਇਆ ਹਾਂ ਤੂੰ ਆ ਚਿੱਠਾ ਦੱਸ ਵੀ ਇਹ ਕੀ ਹੈ ਕਹਿੰਦਾ ਜੀ ਤੁਹਾਡੀ ਨਾ 7 ਕਰੋੜ ਦੀ ਲਾਟਰੀ ਨਿਕਲੀ ਕਹਿੰਦੇ ਮੇਰੀ ਹੈਰਾਨੀ ਦੀ ਕੋਈ ਥਾਂ ਨਹੀਂ ਕਹਿੰਦੇ ਉਹ ਚੋ ਮੈਨੂੰ ਕੋ ਟੈਕਸ ਕੱਟ ਕੇ ਕੁਝ ਪੈਸੇ ਮਿਲੇ ਕੁਝ ਕਰੋੜਾਂ ਚ ਪੈਸੇ ਮਿਲੇ ਕਿੰਨੇ ਮੈਂ ਘਰ ਲੈ ਕੇ ਆਇਆ ਉਸ ਤੋਂ ਸਭ ਤੋਂ ਪਹਿਲਾਂ ਆਪਣਾ ਕਰਜ਼ਾ ਲਾਇਆ ਆਪਣੀ ਧੀ ਦਾ ਵਿਆਹ ਕੀਤਾ ਘਰ-ਬਾਰ ਬਣਾਇਆ ਤੇ ਕਹਿੰਦੇ ਮੈਂ ਆਪਣੇ ਘਰ ਦੇ ਬਾਹਰ ਮੇਰਾ ਘਰ ਰੋਡ ਉੱਤੇ ਐ ਮੈਂ ਉੱਥੇ ਹਮੇਸ਼ਾ ਲੰਗਰ ਲਾ ਕੇ ਰੱਖਦਾ ਹਰ ਸਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਅਦਾ ਕਰਦਾ ਕਿ ਤੁਸੀਂ ਹੀ ਸਾਰਾ ਕੁਝ ਦਿੱਤੇ ਤੁਹਾਡੇ ਤੇ ਭਰੋਸਾ ਸੀ ਤੇ ਉਹ ਭਰੋਸੇ ਦੀ ਦਾਤ ਮੈਨੂੰ ਮਿਲ ਗਈ ਉਹਦੇ ਬਦਲੇ ਹੀ ਮੈਨੂੰ ਸਾਰਾ ਕੁਝ ਮਿਲਿਆ ਕਹਿੰਦੇ ਵੀ ਜਿਹੜਾ ਹੁਣ ਆਸੇ-ਪਾਸੇ ਪਤਾ ਹੁੰਦਾ ਹੈ ਵੀ ਜਿਹੜਾ ਆਪਣੀ ਧੀ ਦਾ ਕਾਰਜ ਸੰਪੰਨ ਨਹੀਂ ਕਰ ਸਕਦਾ ਉੱਥੇ ਜਾ ਕੇ ਉਹਦੀ ਧੀ ਦਾ ਕਾਰਜ ਵੀ ਸੰਪੰਨ ਕਰਦਾ ਇੱਕ ਗੱਲ ਤਾਂ ਕਹਿੰਦੇ ਮੈਨੂੰ ਪੱਕਾ ਪਤਾ ਲੱਗ ਗਿਆ ਸਾਰੀ ਗੱਲ ਵਿਸ਼ਵਾਸ ਦੀ ਜੇ ਵਿਸ਼ਵਾਸ ਹੈ ਤਾਂ ਉਹ ਵੀ ਮਿਲੇਗਾ ਜੋ ਕਦੇ ਸੋਚਿਆ ਨਹੀਂ ਇਸ ਕਰਕੇ ਜੇ ਕਦੀ ਵੀ ਤੁਹਾਨੂੰ ਕੋਈ ਐਵੇਂ ਦਾ ਸੁਪਨਾ ਆਉਂਦਾ ਹੈ ਤਾਂ ਉਹ ਪਰਮਾਤਮਾ ਤੇ ਵਿਸ਼ਵਾਸ ਰੱਖੋ ਜੇ ਔਖੇ ਦਿਨ ਨੇ ਨਾ ਕੱਟਣੇ ਉਹਨਾਂ ਹੀ ਨੇ ਉਹ ਸੋਖੇ ਵੀ ਕਰਦੇ ਆ